ਇਹ ਰਾਹਾਂ ਤੇ ਨਹੀਂ ਤੁਰਦੇ, ਇਹ ਤੁਰਦੇ ਨੇ ਤਾਂ ਰਾਹ ਬੰਦੇ, ਸਦੀਆਂ ਤੋਂ ਕਾਫਲੇ ਇਸ ਗੱਲ ਦਾ ਗਵਾਹ ਬਣਦੇ। ਹਮੇਸ਼ਾ ਇਹਨਾਂ ਨੇ ਸੋਚਿਆ ਬਣੀਏ ਲੋਕਾਂ ਦੇ ਹਾਸਿਆਂ ਦੇ ਤੇ ਉਹਨਾਂ ਦੇ ਪਿਆਰ ਦੇ ਪਾਤਰ, ਕਦੇ ਨਹੀਂ ਸੋਚਿਆ ਸੀ ਇਹ ਬਣਦੇ ਜਾਂ ਉਹ ਬਣਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਦੋਸਤ ਜਗਮੀਤ ਬਰਾੜਤੇ ਜੀ, ਲੈ ਕੇ ਹਾਜ਼ਰ ਹੋਇਆ ਜੀ ਇੱਕ ਅਜਿਹੇ ਹਾਸਿਆਂ ਦੇ ਬਾਦਸ਼ਾਹ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਬਹੁਤ ਹੀ ਵਧੀਆ ਐਕਟਰ ਮੇਹਰ ਮਿੱਤਲ ਸਾਹਿਬ ਜੀ ਦੀ ਬਾਇਓਗ੍ਰਾਫੀ। ਸੋ ਦੋਸਤੋ, ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਦੇ ਰਹੋ, ਕਿਉਂਕਿ ਆਪਾਂ ਮੇਹਰ ਮਿੱਤਲ ਸਾਹਿਬ ਜੀ ਦੇ ਜੀਵਨ ਬਾਰੇ ਬਹੁਤ ਸਾਰੀਆਂ ਇੰਟਰਸਟਿੰਗ ਗੱਲਾਂ ਕਰਾਂਗੇ। ਉਹਨਾਂ ਨੇ ਇਸ ਪੰਜਾਬੀ ਫਿਲਮ ਇੰਡਸਟਰੀ ਵਿੱਚ ਕਿਵੇਂ ਐਂਟਰੀ ਕੀਤੀ, ਉਹਨਾਂ ਨੇ ਕੀ ਸਟਰਗਲ ਕੀਤਾ ਲਾਈਫ ਦੇ ਵਿੱਚ, ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਂ ਦੋਸਤੋ ਤੁਹਾਨੂੰ ਇਹ ਜ਼ਰੂਰ ਰਿਕੁਐਸਟ ਕਰੂੰਗਾ, ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੌਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜਿਹੜਾ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ, ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਅਤੇ ਮਿੱਠਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਉਂਦਾ ਰਹਿੰਦਾ ਹਾਂ। ਇਸ ਵੀਡੀਓ ਦੀ ਮੈਨੂੰ ਕਾਫੀ ਮੇਰੇ ਦੋਸਤਾਂ ਨੇ ਫਰਮਾਇਸ਼ ਕੀਤੀ ਸੀ, ਸੋ ਉਹਨਾਂ ਦੀ ਆਪਾਂ ਫਰਮਾਇਸ਼ ਨੂੰ ਪੂਰਾ ਕਰਦੇ ਹੋਏ ਮੇਹਰ ਮਿੱਤਲ ਸਾਹਿਬ ਦੀ ਆਪਾਂ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਏ ਹਾਂ। ਸੋ ਦੋਸਤੋ, ਹੁਣ ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਹੁਣ ਆਪਾਂ ਮੇਹਰ ਮਿੱਤਲ ਸਾਹਿਬ ਦੀ ਬਾਇਓਗ੍ਰਾਫੀ ਸ਼ੁਰੂ ਕਰਦੇ ਹਾਂ। ਮੇਹਰ ਮਿੱਤਲ ਸਾਹਿਬ ਦਾ ਜਨਮ 24 ਅਕਤੂਬਰ 1935 ਨੂੰ ਮਾਤਾ ਗੰਗਾ ਦੇਵੀ ਦੀ ਕੁੱਖੋਂ ਅਤੇ ਪਿਤਾ ਠਾਕਰ ਮੱਲ ਦੇ ਘਰ ਪਿੰਡ ਚੁੱਗਾ ਖੁਰਦ ਜ਼ਿਲ੍ਹਾ ਬਠਿੰਡਾ ਪੰਜਾਬ ਵਿਖੇ ਹੋਇਆ। ਮੇਹਰ ਮਿੱਤਲ ਸਾਹਿਬ ਨੂੰ ਬਚਪਨ ਤੋਂ ਹੀ ਐਕਟਿੰਗ ਨਾਲ ਬਹੁਤ ਜ਼ਿਆਦਾ ਪਿਆਰ ਸੀ। ਉਹਨਾਂ ਨੂੰ ਲੋਕਾਂ ਨੂੰ ਹਸਾਉਣ ਵਿੱਚ ਅਤੇ ਐਕਟਿੰਗ ਕਰਨ ਵਿੱਚ ਬਹੁਤ ਜ਼ਿਆਦਾ ਆਨੰਦ ਆਉਂਦਾ ਸੀ, ਇਸ ਲਈ ਉਹ ਬਚਪਨ ਤੋਂ ਹੀ ਰਾਮਲੀਲਾ ਵਿੱਚ ਵੀ ਆਪਣਾ ਰੋਲ ਪਲੇ ਕਰਿਆ ਕਰਦੇ ਸੀ ਅਤੇ ਉਹ ਅਕਸਰ ਹੀ ਰਾਮਲੀਲਾ ਵਿੱਚ ਇਹੋ ਜਿਹੇ ਰੋਲ ਕਰਦੇ ਸਨ ਜਿਸ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਹਾਸਾ ਆਵੇ। ਅਤੇ ਦੋਸਤੋ, ਉਹਨਾਂ ਦੇ ਜਿਹੜੇ ਦੋ ਬ੍ਰਦਰ ਆ, ਬੰਸੀ ਰਾਮ ਮਿੱਤਲ ਅਤੇ ਹੁਕਮ ਚੰਦ ਮਿੱਤਲ, ਉਹ ਆਪਣਾ ਪਿੰਡ ਚੁੱਗਾ ਖੁਰਦ ਛੱਡ ਕੇ ਉਹ ਗਿੱਦੜਵਾਹਾ ਰਹਿਣ ਲੱਗ ਪਏ ਸਨ ਅਤੇ ਮੇਹਰ ਮਿੱਤਲ ਸਾਹਿਬ ਵੀ ਅਕਸਰ ਹੀ ਗਿੱਦੜਵਾਹਾ ਵਿਖੇ ਆਇਆ ਜਾਇਆ ਕਰਦੇ ਸਨ, ਇਸ ਲਈ ਉਹਨਾਂ ਦਾ ਗਿੱਦੜਵਾਹਾ ਨਾਲ ਵੀ ਬਹੁਤ ਜ਼ਿਆਦਾ ਲਗਾਵ ਸੀ। ਇਸ ਤੋਂ ਬਿਨਾਂ ਉਹਨਾਂ ਦੇ ਤਿੰਨ ਭਰਾ ਇੱਕ ਬਠਿੰਡਾ, ਦਿੱਲੀ ਅਤੇ ਚੰਡੀਗੜ੍ਹ ਵਿੱਚ ਰਹਿੰਦੇ ਸਨ। ਸੋ ਦੋਸਤੋ, ਜੇ ਆਪਾਂ ਉਹਨਾਂ ਦੀ ਮੈਰਿਜ ਦੀ ਗੱਲ ਕਰੀਏ ਤਾਂ ਉਹਨਾਂ ਦੀ ਮੈਰਿਜ ਹੋਈ ਸੀ ਸੁਦੇਸ਼ ਮਿੱਤਲ ਨਾਲ, ਜੋ ਕਿ ਉਹਨਾਂ ਦੀ ਮੈਰਿਜ ਤੋਂ ਬਾਅਦ ਉਹਨਾਂ ਦੇ ਘਰ ਚਾਰ ਪੁੱਤਰੀਆਂ ਨੇ ਜਨਮ ਲਿਆ। ਅਤੇ ਹੁਣ ਦੋਸਤੋ, ਆਪਾਂ ਮੇਹਰ ਮਿੱਤਲ ਸਾਹਿਬ ਦੀ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਹਾਂ। ਮੇਹਰ ਮਿੱਤਲ ਸਾਹਿਬ ਨੇ ਆਪਣੀ ਸਕੂਲਿੰਗ ਬਠਿੰਡਾ ਦੇ ਹੀ ਇੱਕ ਸਕੂਲ ਤੋਂ ਕੰਪਲੀਟ ਕੀਤੀ ਅਤੇ ਇਸ ਤੋਂ ਬਾਅਦ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਲਾਅ ਦੇ ਵਿੱਚ ਅਤੇ ਐਜ਼ ਏ ਐਡਵੋਕੇਟ ਉਹਨਾਂ ਨੇ ਚੰਡੀਗੜ੍ਹ ਵਿੱਚ 8 ਸਾਲ ਆਪਣੀਆਂ ਸੇਵਾਵਾਂ ਨਿਭਾਈਆਂ। ਅਤੇ ਦੋਸਤੋ, ਕਿਉਂਕਿ ਉਹਨਾਂ ਨੂੰ ਐਕਟਿੰਗ ਨਾਲ ਹਮੇਸ਼ਾ ਦਿਲੋਂ ਪਿਆਰ ਰਿਹਾ, ਇਸ ਲਈ ਉਹਨਾਂ ਨੇ ਐਕਟਿੰਗ ਵੀ ਨਾਲ ਨਾਲ ਜਾਰੀ ਰੱਖੀ ਆਪਣੀ। ਅਤੇ ਫਿਰ ਉਹਨਾਂ ਨੇ ਆਪਣੀ ਡੈਬਿਊਟ ਮੂਵੀ ਕੀਤੀ ਸੀ 1974 ਵਿੱਚ, ਸੱਚਾ ਮੇਰਾ ਰੂਪ ਹੈ, ਅਤੇ ਇਸ ਮੂਵੀ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਸਲਾਹਿਆ ਸੀ। ਅਤੇ ਤੁਹਾਨੂੰ ਮੈਂ ਦੱਸ ਦੇਵਾਂ ਦੋਸਤੋ, ਇੱਕ ਉਹਨਾਂ ਦੀ ਹੋਰ ਵੀ ਬੜੀ ਇੰਟਰਸਟਿੰਗ ਸਟੋਰੀ ਆ ਕਿ ਜਦੋਂ ਉਹਨਾਂ ਨੇ ਇਸ ਲਾਈਨ ਵਿੱਚ ਐਂਟਰੀ ਕੀਤੀ ਤਾਂ ਉਹਨਾਂ ਨੇ ਪਹਿਲੀ ਫਿਲਮ ਸਿਰਫ 5 ਰੁਪਏ ਲੈ ਕੇ ਕੀਤੀ ਸੀ ਅਤੇ ਜਿਹੜੇ ਉਹ 5 ਰੁਪਏ ਉਹਨਾਂ ਨੂੰ ਮਿਲੇ ਸਨ, ਉਹਨਾਂ ਦਾ ਜੋ ਬੱਸ 'ਤੇ ਆਏ ਉਹ ਖਰਚੇ ਵਿੱਚ ਹੀ ਉਹਨਾਂ ਦੇ ਉਹ ਪੈਸੇ ਖਰਚੇ ਗਏ ਸੀ। ਪਰ ਉਹਨਾਂ ਨੂੰ ਇੰਨਾ ਜ਼ਿਆਦਾ ਫਿਲਮਾਂ ਨਾਲ ਲਗਾਵ ਸੀ, ਐਕਟਿੰਗ ਕਰਨ ਦਾ ਇੰਨਾ ਸ਼ੌਂਕ ਸੀ, ਉਹ ਹਮੇਸ਼ਾ ਹੀ ਇਸ ਲਾਈਨ ਨਾਲ ਜੁੜੇ ਰਹਿਣਾ ਚਾਹੁੰਦੇ ਸਨ। ਅਤੇ ਦੋਸਤੋ, ਜੇ ਆਪਾਂ ਉਹਨਾਂ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਲਗਭਗ 100 ਤੋਂ ਵੀ ਜ਼ਿਆਦਾ ਫਿਲਮਾਂ ਵਿੱਚ ਆਪਣਾ ਰੋਲ ਨਿਭਾਇਆ। ਉਹਨਾਂ ਨੇ ਪੰਜਾਬੀ ਫਿਲਮਾਂ ਦੇ ਨਾਲ ਨਾਲ ਹਿੰਦੀ ਫਿਲਮਾਂ ਵਿੱਚ ਵੀ ਆਪਣੀ ਜ਼ਬਰਦਸਤ ਐਕਟਿੰਗ ਦਾ ਪ੍ਰਦਰਸ਼ਨ ਕੀਤਾ ਅਤੇ ਲੋਕਾਂ ਨੇ ਉਹਨਾਂ ਦੀ ਐਕਟਿੰਗ ਦਾ ਲੋਹਾ ਵੀ ਮੰਨਿਆ। ਜੇ ਉਹਨਾਂ ਦੀਆਂ ਆਪਾਂ ਕੁਝ ਫੇਮਸ ਜਿਹੜੀਆਂ ਫਿਲਮਾਂ ਰਹੀਆਂ ਉਹਨਾਂ ਦੀ ਗੱਲ ਕਰੀਏ ਤਾਂ ਵਲਾਇਤੀ ਬਾਬੂ 1981 ਵਿੱਚ ਆਈ, ਫਿਰ ਮਾਮਲਾ ਗੜਬੜ ਹੈ, ਸਰਪੰਚ, ਨਿੰਮੋ, ਬਲਵੀਰੋ ਭਾਬੀ, ਰਾਣੋ, ਗੁੱਡੋ, ਚੰਨ ਪ੍ਰਦੇਸੀ। ਦੋਸਤੋ, ਚੰਨ ਪ੍ਰਦੇਸੀ ਫਿਲਮ ਨਾਲ ਜੁੜੀ ਮੈਂ ਇੱਕ ਬਹੁਤ ਹੀ ਇੰਟਰਸਟਿੰਗ ਸਟੋਰੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨੀ ਚਾਹਾਂਗਾ, ਕਿਉਂਕਿ ਤੁਸੀਂ ਇਸ ਸਟੋਰੀ ਤੋਂ ਸਮਝ ਆਓਗੇ ਕਿ ਮੇਹਰ ਮਿੱਤਲ ਸਾਹਿਬ ਦਾ ਕਿੰਨਾ ਜ਼ਿਆਦਾ ਲੋਕਾਂ ਦੇ ਦਿਲਾਂ ਦੇ ਉੱਤੇ ਪ੍ਰਭਾਵ ਸੀ, ਕਿੰਨਾ ਲੋਕ ਉਸ ਨੂੰ ਪਸੰਦ ਕਰਦੇ ਸਨ। ਕਿ ਜਦੋਂ ਚੰਨ ਪ੍ਰਦੇਸੀ ਫਿਲਮ ਜਿਨ੍ਹਾਂ ਨੇ ਬਣਾਈ ਸੀ, ਇਹਨਾਂ ਦੇ ਮੇਕਰਸ ਨੇ, ਜਦੋਂ ਉਹ ਡਿਸਟ੍ਰੀਬਿਊਟਰ ਕੋਲ ਲੈ ਕੇ ਗਏ ਕਿ ਅਸੀਂ ਫਿਲਮ ਬਣਾਈ ਹੈ, ਤੁਸੀਂ ਇਹਨੂੰ ਖਰੀਦ ਲਓ,
ਤੇ ਲੋਕਾਂ ਤੱਕ ਪਹੁੰਚਾ ਦਿਓ, ਲੋਕ ਸਿਨੇਮੇ ਘਰਾਂ ਵਿੱਚ ਜਾ ਕੇ ਇਸ ਫਿਲਮ ਨੂੰ ਦੇਖ ਸਕਣ। ਜਦੋਂ ਉਹਨਾਂ ਨੇ ਫਿਲਮ ਦੇਖੀ ਤੇ ਉਹ ਕਹਿੰਦੇ ਕਿ ਇਹ ਫਿਲਮ ਨੂੰ ਅਸੀਂ ਨਹੀਂ ਖਰੀਦ ਸਕਦੇ ਕਿਉਂਕਿ ਇਸ ਫਿਲਮ ਵਿੱਚ ਤਾਂ ਮੇਹਰ ਮਿੱਤਲ ਸਾਹਿਬ ਤਾਂ ਹੈ ਨਹੀਂ ਗੇ, ਕਿਉਂਕਿ ਉਸ ਸਮੇਂ ਇਹ ਗੱਲ ਸੀ ਕਿ ਜੇ ਮੇਹਰ ਮਿੱਤਲ ਸਾਹਿਬ ਨਹੀਂ ਫਿਲਮ ਦੇ ਵਿੱਚ ਆਉਂਦੇ ਸੀ ਤਾਂ ਉਹ ਫਿਲਮ ਫਲੋਪ ਹੋ ਜਾਂਦੀ ਸੀ। ਸੋ ਫਿਲਮ ਦੇ ਮੇਕਰਸ ਨੂੰ ਇਹ ਫਿਲਮ ਦੁਬਾਰਾ ਬਣਾਉਣੀ ਪਈ, ਉਸ ਵਿੱਚ ਮੇਹਰ ਮਿੱਤਲ ਸਾਹਿਬ ਦੇ ਜਿਹੜੇ ਕੁਝ ਜਿਹੜੇ ਸੀਨ ਸੀਗੇ ਉਹ ਐਡ ਕਰਨੇ ਪਏ, ਤੇ ਫਿਰ ਕਿਤੇ ਜਾ ਕੇ ਜਿਹੜੇ ਇਸ ਫਿਲਮ ਨੂੰ ਖਰੀਦਣਾ ਚਾਹੁੰਦੇ ਸੀ ਡਿਸਟ੍ਰੀਬਿਊਟਰ ਨੇ ਫਿਲਮ ਨੂੰ ਖਰੀਦਿਆ, ਤੇ ਇਸ ਤੋਂ ਬਾਅਦ ਇਹ ਫਿਲਮ ਸੁਪਰ ਡੁਪਰ ਹਿੱਟ ਹੋਈ ਸੀ। ਸੋ ਜੇ ਆਪਾਂ ਗੱਲ ਕਰੀਏ ਕਿ ਪੰਜਾਬੀ ਫਿਲਮ ਇੰਡਸਟਰੀ ਵਿੱਚ ਅਜੇ ਤੱਕ ਕੋਈ ਇਹੋ ਜਿਹਾ ਕੋਈ ਵੀ ਸਟਾਰ ਨਹੀਂ ਬਣਿਆ ਗਾ ਜਿਹੜਾ ਕਿ ਹੋਵੇ ਕਿ ਉਸ ਤੋਂ ਬਿਨਾਂ ਫਿਲਮ ਲਾਂਚ ਨਾ ਹੋ ਸਕੇ, ਰਿਲੀਜ਼ ਨਾ ਹੋ ਸਕੇ। ਸੋ ਇਹ ਮਾਂ ਦਾ ਲਾਲ ਇੱਕੋ ਇੱਕ ਮੇਹਰ ਮਿੱਤਲ ਸਾਹਿਬ ਹੀ ਸਨ। ਦੋਸਤੋ ਲਗਭਗ 1975 ਤੋਂ ਲੈ ਕੇ 1990 ਤੱਕ ਮੇਹਰ ਮਿੱਤਲ ਸਾਹਿਬ ਦਾ ਪੰਜਾਬੀ ਫਿਲਮ ਇੰਡਸਟਰੀ ਵਿੱਚ ਇੰਨਾ ਦਬਦਬਾ ਰਿਹਾ ਕਿ ਉਹਨਾਂ ਤੋਂ ਬਿਨਾਂ ਲਗਭਗ ਕੋਈ ਵੀ ਫਿਲਮ ਚੱਲਣੀ ਮੁਮਕਿਨ ਨਹੀਂ ਹੁੰਦੀ ਸੀ। ਅਤੇ ਤੁਸੀਂ ਇਸ ਤੋਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਉਸ ਸਮੇਂ ਲੋਕ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਸੀ, ਕਿੰਨਾ ਉਹਨਾਂ ਦੀ ਐਕਟਿੰਗ ਨੂੰ ਪਸੰਦ ਕਰਦੇ ਸਨ। ਸੋ ਦੋਸਤੋ ਇਸ ਤੋਂ ਬਿਨਾਂ ਵੀ ਉਹਨਾਂ ਨੇ ਬਹੁਤ ਸਾਰੀਆਂ ਸੁਪਰ ਹਿੱਟ ਫਿਲਮਾਂ ਵਿੱਚ ਕੰਮ ਕੀਤਾ, ਜਿਵੇਂ ਜੀਜਾ ਸਾਲੀ, ਮਦਾਰੀ, ਤੇਰੀ ਮੇਰੀ ਇੱਕ ਜਿੰਦੜੀ, ਫਿਰ ਸਵਾ ਲਾਖ ਸੇ ਏਕ ਲੜਾਊਂ, ਪੁੱਤ ਜੱਟਾਂ ਦੇ, ਫਿਰ ਬਾਬੁਲ ਦਾ ਵਿਹੜਾ, ਭੁਲੇਖਾ, ਹਮ ਤੋਂ ਚੱਲੇ, ਪਰਦੇਸ, ਫਿਰ ਕੁਰਬਾਨੀ ਜੱਟ ਦੀ, ਅੰਬੇ ਮਾਂ, ਜਗਦੰਬੇ ਮਾਂ, ਵਲੈਤੀ ਬਾਬੂ। ਸੋ ਦੋਸਤੋ ਉਹਨਾਂ ਨੇ ਜਿਹੜੀ ਇੱਕ ਕੈਰ ਫਿਲਮ ਕੀਤੀ ਸੀ, ਕੈਰ ਫਿਲਮ ਕਰਨ ਤੋਂ ਬਾਅਦ ਲਗਭਗ ਉਹਨਾਂ ਨੇ 10 ਤੋਂ 15 ਸਾਲ ਜਿਹੜੀ ਫਿਲਮ ਇੰਡਸਟਰੀ ਤੋਂ ਛੁੱਟੀ ਲੈ ਲਈ ਸੀਗੀ। ਉਹ ਕਾਫੀ ਸਮਾਂ ਉਸ ਸਮੇਂ ਬ੍ਰਹਮਾ ਕੁਮਾਰੀ ਜਿਹੜਾ ਆਸ਼ਰਮ ਸੀ ਉੱਥੇ ਉਹਨਾਂ ਨੇ ਸੇਵਾ ਕੀਤੀ, ਕਾਫੀ ਸਮਾਂ ਉਹ ਉੱਥੇ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ। ਜੇ ਦੋਸਤੋ ਉਹਨਾਂ ਦੇ ਅਵਾਰਡਸ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਸਾਈਨ ਆਰਟਿਸਟ ਇਨ ਪੰਜਾਬੀ ਫਿਲਮਸ, ਕਿਉਂਕਿ ਉਹਨਾਂ ਨੇ ਬਹੁਤ ਵਧੀਆ ਪੰਜਾਬੀ ਫਿਲਮ ਵਿੱਚ ਕੰਮ ਕੀਤਾ, ਬਹੁਤ ਸਾਰੀਆਂ ਫਿਲਮਾਂ ਉਹਨਾਂ ਨੇ ਬਣਾਈਆਂ ਜਿਹੜੀਆਂ ਸੁਪਰ ਡੁਪਰ ਹਿੱਟ ਰਹੀਆਂ। ਸੋ ਉਹਨਾਂ ਦੀਆਂ ਇਹਨਾਂ ਸੇਵਾਵਾਂ ਲਈ ਉਹਨਾਂ ਨੂੰ ਦਾਦਾ ਸਾਹਿਬ ਫਾਲਕੇ ਅਕੈਡਮੀ ਵੱਲੋਂ ਅਵਾਰਡ ਮਿਲਿਆ ਸੀਗਾ। ਦਾਦਾ ਸਾਹਿਬ ਫਾਲਕੇ ਦਾ ਜਦੋਂ 136ਵਾਂ ਜਯੰਤੀ ਸੀ, ਉਹਨਾਂ ਦਾ ਜਨਮ ਦਿਨ ਸੀ, ਉਹਨਾਂ ਨੂੰ ਬੰਬਈ ਵਿਖੇ ਇਹ ਅਵਾਰਡ ਮਿਲਿਆ ਸੀ। ਅਤੇ ਮੇਹਰ ਮਿੱਤਲ ਸਾਹਿਬ ਰਾਜ ਕਪੂਰ ਜੀ ਨੂੰ ਆਪਣਾ ਜਿਹੜਾ ਆਈਡਲ ਮੰਨਦੇ ਆ, ਅਤੇ ਉਹਨਾਂ ਦੀ ਦਿਲੀ ਇੱਛਾ ਸੀ ਕਿ ਉਹ ਰਾਜ ਕਪੂਰ ਸਾਹਿਬ ਨਾਲ ਕੰਮ ਕਰਨ। ਸੋ ਉਹਨਾਂ ਨੇ ਗੋਪੀ ਚੰਦ ਜਾਸੂਸ ਮੂਵੀ ਵਿੱਚ ਵੀ ਰਾਜ ਕਪੂਰ ਸਾਹਿਬ ਨਾਲ ਆਪਣਾ ਜਿਹੜਾ ਅਭਿਨੇ ਦਿੱਤਾ, ਐਕਟਿੰਗ ਕੀਤੀ, ਅਤੇ ਲੋਕਾਂ ਨੇ ਉਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ। ਅਤੇ ਇਸ ਤੋਂ ਬਿਨਾਂ ਉਹ ਮਹਿਬੂਬ ਸਾਹਿਬ ਦੇ ਵੀ ਬਹੁਤ ਜ਼ਿਆਦਾ ਫੈਨ ਸਨ। ਸੋ ਦੋਸਤੋ ਜਦੋਂ ਉਹਨਾਂ ਦੀ ਡੈਥ ਹੋਈ ਹੈ 2016 ਵਿੱਚ, 22 ਅਕਤੂਬਰ 2016 'ਚ ਮਾਊਂਟ ਆਬੂ ਰਾਜਸਥਾਨ ਵਿੱਚ ਉਹਨਾਂ ਦੀ ਡੈਥ ਹੋਈ। ਮੇਹਰ ਮਿੱਤਲ ਸਾਹਿਬ ਦੇ ਇਸ ਦੁਨੀਆਂ ਤੋਂ ਤੁਰ ਜਾਣ ਦੇ ਦੁੱਖ ਵਿੱਚ ਮੈਂ ਕੁਝ ਸਤਰਾਂ ਜਿਹੜੀਆਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨੀਆਂ ਚਾਹੂੰਗਾ। ਉਹਨੇ ਲੱਖ ਪੰਛੀ ਬਹਿ ਉੱਡ ਗਏ ਬੁੱਢੇ ਬੋੜ ਬਿਰਚ ਦੇ ਉੱਤੇ, ਤੇ ਸਨ ਜੇਤੂ ਦੁਨੀਆਂ ਦੇ ਲੱਖਾਂ ਸਿਕੰਦਰ ਕਬਰੀ ਸੁੱਤੇ, ਬਸ ਇਸ ਕਚਹਿਰੀ ਚੋਂ ਬਸ ਇਸ ਕਚਹਿਰੀ ਚੋਂ ਤੁਰਗੀ ਕੁੱਲ ਹਾਰ ਕੇ ਤਾਵੇ, ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਗੱਡੀ ਇੱਕ ਜਾਵੇ, ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਗੱਡੀ ਇੱਕ ਜਾਵੇ। ਸੋ ਇਸ ਮਹਾਨ ਐਕਟਰ ਨੇ 22 ਅਕਤੂਬਰ 2016 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿਤਾ, ਅਤੇ ਉਹ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਵਰਾਜੇ, ਅਤੇ ਆਪਣੇ ਜਿਹੜੇ ਉਹਨਾਂ ਦੇ ਫੈਨ ਸੀ ਉਹਨਾਂ ਨੂੰ ਛੱਡ ਕੇ ਚਲੇ ਗਏ। ਸੋ ਹਰ ਇੱਕ ਬੰਦੇ ਨੇ ਉਸ ਦਿਨ ਅੱਖ ਨਮ ਕੀਤੀ ਜਿਸ ਦਿਨ ਇਸ ਮਹਾਨ ਪੰਜਾਬੀ ਸਿਤਾਰੇ ਨੇ ਇਸ ਦੁਨੀਆਂ ਨੂੰ ਅਲਵਿਦਾ ਕਿਹਾ। ਸੋ ਜੀ ਸਾਡਾ ਵੀ ਸਲੂਟ ਆ ਇਸ ਪੰਜਾਬੀ ਫਿਲਮ ਇੰਡਸਟਰੀ ਦੇ ਧਰੂ ਤਾਰੇ ਦਾ, ਜਿਸ ਨੇ ਪੰਜਾਬੀਆਂ ਦੀ ਆਪਣੀਆਂ ਬਹੁਤ ਹੀ ਵਧੀਆ ਫਿਲਮਾਂ ਨਾਲ ਸੇਵਾ ਕੀਤੀ, ਅਤੇ ਦਰਸ਼ਕਾਂ ਨੇ ਵੀ ਉਹਨਾਂ ਦੀ ਹਰ ਇੱਕ ਫਿਲਮ ਨੂੰ ਦਿਲੋਂ ਸਲਾਹਿਆ, ਸਤਿਕਾਰ ਕੀਤਾ, ਪਿਆਰ ਦਿੱਤਾ। ਸੋ ਦੋਸਤੋ ਹੁਣ ਤੁਹਾਡੇ ਤੋਂ ਇੰਨੇ ਸ਼ਬਦਾਂ ਨਾਲ ਲੈਂਦੇ ਹਾਂ ਇਜਾਜ਼ਤ, ਅਤੇ ਆਪਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਾਂਗੇ ਕਿ ਮੇਹਰ ਮਿੱਤਲ ਸਾਹਿਬ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਉਹਨਾਂ ਦਾ ਪਰਿਵਾਰ ਪਿੱਛੇ ਜਿਹੜਾ ਰਹਿ ਗਿਆ ਉਹ ਹਮੇਸ਼ਾ ਖੁਸ਼ ਰਹੇ, ਤੰਦਰੁਸਤ ਰਹੇ, ਚੜ੍ਹਦੀ ਕਲਾ ਵਿੱਚ ਰਹੇ। ਸੋ ਇੰਨੇ ਸ਼ਬਦਾਂ ਨਾਲ ਲੈਂਦੇ ਹਾਂ ਇਜਾਜ਼ਤ, ਮਿਲਦੇ ਹਾਂ ਕਿਸੇ ਹੋਰ ਵਧੀਆ ਵੀਡੀਓ ਨਾਲ। ਅਤੇ ਦੋਸਤੋ ਜੇਕਰ ਤੁਸੀਂ ਆਪਣਾ ਚੈਨਲ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜਿਹੜਾ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਹੈ ਉਸ 'ਤੇ ਆਪਣਾ ਪਿਆਰਾ ਜਿਹਾ ਮਿੱਠਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਹੋਰ ਵੀ ਵਧੀਆ ਵਧੀਆ ਵੀਡੀਓ ਲੈ ਕੇ ਆਉਂਦਾ ਰਹਿੰਦਾ ਹਾਂ। ਜੇਕਰ ਤੁਹਾਡੀ ਵੀ ਕੋਈ ਫਰਮਾਇਸ਼ ਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਇਸ ਵੀਡੀਓ ਦੇ ਨੀਚੇ। ਇਸ ਤੋਂ ਬਿਨਾਂ ਆਪਣਾ ਬੌਲੀ ਹੌਲੀ ਬਾਬਾ ਦੇ ਨਾਮ ਦਾ ਫੇਸਬੁੱਕ 'ਤੇ ਪੇਜ ਬਣਿਆ,
ਤੁਸੀਂ ਮੈਨੂੰ ਉੱਥੇ ਆਪਣਾ ਡਾਇਰੈਕਟ ਮੈਸੇਜ ਕਰਕੇ ਵੀ ਦੱਸ ਸਕਦੇ ਹੋ ਅਤੇ ਆਪਾਂ ਤੁਹਾਡਾ ਜਲਦੀ ਤੋਂ ਜਲਦੀ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਮਿਲਦੇ ਹਾਂ ਕਿਸੇ ਹੋਰ ਵਧੀਆ ਵੀਡੀਓ ਨੂੰ। ਖੁਸ਼ ਰਹੋ, ਤੰਦਰੁਸਤ ਰਹੋ, ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਸਤਿ ਸ਼੍ਰੀ ਅਕਾਲ ਜੀ।